ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿੱਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 27/8/24 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਨਯੋਗ SSP ਸਾਹਿਬ ਡਾਕਟਰ ਪ੍ਰਿਜਿਆ ਜੈਨ IPS ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿੱਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 27/8/24 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਨਯੋਗ SSP ਸਾਹਿਬ ਡਾਕਟਰ ਪ੍ਰਿਜਿਆ ਜੈਨ IPS ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿੱਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 27/8/24 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਨਯੋਗ SSP ਸਾਹਿਬ ਡਾਕਟਰ ਪ੍ਰਿਜਿਆ ਜੈਨ IPS ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿੱਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ
2728 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਣਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਂ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਾ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 2728 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਣਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਂ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਾ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 2728 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਣਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਂ ਬਰਾਮਦ ਕੀਤੀ ਆ, ਅਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ। ਅਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਾ ਦੇ ਗੁਰਪਾਲ ਸਿੰਘ ਦੇ ਖਿਲਾਫ਼, ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ, ਅਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 2728 ਥਾਣਾ ਸਦਰ ਕੋਟਕਪੂਰਾ ਚ। ਪਿਛਲੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਣਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਦਿਆਂ 3 ਮੁਕੱਦਮੇ ਜਿਹੜੇ ਹੈਗੇ ਨਸ਼ੇ ਦਰਜ ਕੀਤੇ ਆ, ਜਿਹਦੇ ਵਿੱਚ ਇੱਕ ਮੁਕੱਦਮਾ 129 ਥਾਣਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਅਕਤੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਭੁੱਕੀ ਚੋਰਾ ਪੋਸਤ ਬਰਾਮਦ ਕੀਤੀ ਗਈ ਆ। ਇਸੇ ਤਰ੍ਹਾਂ ਇੱਕ ਮੁਕੱਦਮਾ ਵਿਚਾਕੀ ਕਲਾਂ ਪਿੰਡ ਦਾ ਬਲਰਾਜ ਸਿੰਘ ਸੀ, ਉਹਦੇ ਖਿਲਾਫ਼ ਦਰਜ ਕੀਤਾ ਗਿਆ, ਜਿਹਦੇ ਵਿੱਚ 18 ਬੋਤਲਾਂ ਸ਼ਰਾਬ ਦੇਸੀ ਅਤੇ 150 ਲੀਟਰ ਲਾਂ ਬਰਾਮਦ ਕੀਤੀ ਆ,
ਤੇ ਇਹਦੇ ਵਿੱਚ ਭੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ ਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਲਾਲੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ ਜਿਹਦੇ ਵਿੱਚ 180 ਪ੍ਰੈਗਾਬਲਿਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ ਤੇ ਉਹ ਮੁਕੱਦਮਾ ਜਿਹੜਾ ਹੈਗਾ 223 BNS ਦੇ ਤਹਿਤ ਮੁਕੱਦਮਾ 138 ਜਿਹੜਾ ਹੈਗਾ ਦਰਜ ਕੀਤਾ ਗਿਆ ਜੀ 27-8-24 ਥਾਣਾ ਸਦਰ ਕੋਟਕਪੂਰ।